नवजोत सिंह सिद्धू के सलाहकार मालविंदर सिंह माली वालों कैप्टन अमरिंदर सिंह से दोष लगाए गए कि कैप्टन अमित शाह के इशारे से काम कर रहे हैं। माली के इस बयान से अकाली दल के बुलारे बिरसा सिंह बलटोहा का कहना है कि कैप्टन अमरिंदर सिंह तो कांग्रेस हाईकमान नाराज है। कैप्टन अपना सियासी भविख सुरक्षित करने के तहत केंद्र की भाजपा सरकार के नाल मिले हुए हैं, क्योंकि कैप्टन के बेटे और रिश्तेदारों के उपर ईडी के केस चल रहे हैं, इसलिए भाजपा की सरपरस्ती हासिल करना चाहते हैं। पहला भी वो भाजपा दीतियां चल रहे सन, लेकिन हुण पंजाब दे लोग कैप्टन अमरिंदर सिंह दे लारे दे विच नहीं आउंगे, क्योंकि पंजाब दे लोग कैप्टन नूं गुनाहगार समझदे हन। उन्होंने कहा कि नवजोत सिंह सिद्धू नूं भी बराबर दा ही दोषी मानदे ने, क्योंकि पिछले 4.5 साल तो वह सरकार का हिस्सा हन, पहलां वह क्यों नहीं बोले। इस करके लोग 2022 दी चोणां दे विच कांग्रेस नूं सबक सिखाउंगे। कि कैप्टन अमरिंदर सिंह दीयां तारां जिहड़ियां ने उह केंद्र सरकार दे नाल, चाहे मोदी साहब ने चाहे अमित शाह ने, उहनां दे नाल जुड़ियां होईयां ने और हमेशा ही वह उहनां दी बोली बोलदे ने। उहनां वल्लों कीते हुए इशारे दे मुताबिक ही उह कदम चुकदे ने। इह ते कोई अज गल करदा, उह असीं ते बड़े लंबे समें तों कहिंदे कि जिहड़ी कैप्टन अमरिंदर सिंह ने ਇਹ ਅੰਦਰੋਂ ਅੰਦਰੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਕੇਂਦਰ ਸਰਕਾਰ ਹੈ ਉਹਦੀ ਜਿਹੜੀ ਹਾਈ ਕਮਾਂਡ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਮਿੱਕ ਨੇ। ਔਰ ਜਿੱਥੇ ਤੱਕ ਮਾਲੀ ਸਾਹਿਬ ਦਾ ਸਵਾਲ ਹੈ, ਮਾਲੀ ਸਾਹਿਬ ਕਦੀ ਕਾਮਰੇਡਾਂ ਨੂੰ ਸਲਾਹ ਦਿੰਦੇ ਹੁੰਦੇ ਸੀ? ਹਾਂਜੀ, ਬੜੀ ਇਹਨਾਂ ਨੇ ਸਲਾਹ ਦਿੱਤੀਆਂ ਨੇ। ਅਸੀਂ ਉਦੋਂ ਇਹਨਾਂ ਨੂੰ ਕਾਮਰੇਡਾਂ ਨੂੰ ਕਾਲਜਾਂ 'ਚੋਂ ਭਜਾਇਆ ਸੀ, ਯੂਨੀਵਰਸਿਟੀਆਂ 'ਚੋਂ ਭਜਾਇਆ ਸੀ। ਕਾਮਰੇਡਾਂ ਦੀ ਜਿਹੜੀ ਕਮਿਊਨਿਸਟ ਸੋਚ ਸੀ ਪੰਜਾਬ ਦੀ ਧਰਤੀ ਤੋਂ ਖਤਮ ਕਰਨ ਦੀ ਖਾਤਰ, ਸਾਨੂੰ ਮਾਲੀ ਵਰਗਿਆਂ ਦੇ ਵਿਰੁੱਧ ਸੰਘਰਸ਼ ਲੜਨਾ ਪਿਆ ਸੀਗਾ, ਇਹਨਾਂ ਦੀ ਸੋਚ ਦੇ ਵਿਰੁੱਧ ਲੜਨਾ ਪਿਆ ਸੀਗਾ। ਇਹ ਕਾਮਰੇਡਾਂ ਨੂੰ ਸਲਾਹ ਦਿੰਦੇ ਸੀ ਔਰ ਪੰਜਾਬ ਦੇ ਯੂਥ ਨੂੰ ਕਮਿਊਨਿਸਟ ਵਿਚਾਰਧਾਰਾ ਦੇ ਨਾਲ ਜੋੜਨ ਲਈ ਮਾਲੀ ਵਰਗਿਆਂ ਨੇ ਪੂਰਾ ਢਿੱਲ ਦਾ ਜ਼ੋਰ ਲਾਇਆ ਸੀ। ਫਿਰ ਉਸ ਤੋਂ ਬਾਅਦ ਜਿਹੜਾ ਆ, ਇਹ ਟੋੜਾ ਸਾਨੂੰ ਬੜੀਆਂ ਸਲਾਹ ਦਿੰਦੇ ਰਹੇ, ਇਹ ਸਾਡੇ ਵਾਲੀ ਪਾਰਟੀ ਨੂੰ ਸਲਾਹ ਦਿੰਦੇ ਰਹੇ ਅਤੇ ਮੇਰੇ ਖਿਆਲ ਵਿੱਚੋਂ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਾਂ ਦਿੰਦੇ ਰਹੇ ਨੇ। ਅਤੇ ਜਿਹੜੇ ਇੰਨੇ ਘਰਾਂ ਦੇ ਸਲਾਹਕਾਰ ਹੋਣ ਨਾ, ਇਹ ਫਿਰ ਸਲਾਹ ਜਿਹੋ ਜਿਹੀ ਦਿੰਦੇ ਹੁੰਦੇ ਉਹ ਪਤਾ ਹੀ। ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਕੈਪ ਕਿਉਂ ਚੱਲਦੇ ਪਏ ਕਿ ਸਿੱਧੂ ਕਰਕੇ ਜਾਂ ਰਾਹੁਲ ਗਾਂਧੀ ਜਿਹੜੀ ਮਤਭੇਦ ਇਸ ਕਰਕੇ? ਦੇਖੋ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਕਾਂਗਰਸ ਹਾਈ ਕਮਾਂਡ ਤੋਂ ਮੋਟੇ ਜ਼ਰੂਰ 'ਚ ਖਫਾ ਨੇ ਅਤੇ ਉਹ ਇਸ ਕਰਕੇ ਜਿਹੜੀ ਆਪਣੀ ਸਰਕਾਰ ਚਲਾਉਣ ਲਈ ਜਾਂ ਆਉਣ ਵਾਲੇ ਸਮੇਂ 'ਚ ਆਪਣੇ ਸਰਵਾਈਵਲ ਵਾਸਤੇ ਆਪਣੀ ਰਾਜਨੀਤਿਕ ਜਿਹੜੀ ਹੈ ਇੱਛਾ ਪੂਰਤੀ ਵਾਸਤੇ ਉਹ ਜਿਹੜਾ ਆ ਇਸ ਸਮੇਂ ਉਹ ਮਹਿਸੂਸ ਕਰਦੇ ਆ ਕਿ ਮੈਨੂੰ ਜੇ ਕੋਈ ਸ਼ੈਲਟਰ ਕਰ ਸਕਦਾ ਆ, ਸਰਪ੍ਰਸਤੀ ਦੇ ਸਕਦਾ ਆ ਅਤੇ ਜਿੱਥੋਂ ਮੇਰਾ ਕਿਸੇ ਰੂਪ 'ਚ ਬਚਾਅ ਹੋ ਸਕਦਾ ਆ। ਅਤੇ ਕਈ ਕਾਰਨ ਵੀ ਹੋਰ ਵੀ ਨੇ ਜਿਹ 'ਚ ਈਡੀ ਵਰਗੇ ਕੇਸ ਵੀ ਚੱਲਦੇ ਆ ਕੈਪਟਨ ਪਰਿਵਾਰ ਦੇ ਉੱਤੇ, ਕੈਪਟਨ ਅਮਰਿੰਦਰ ਸਿੰਘ ਦੇ ਬੇਟੇ 'ਤੇ ਵੀ ਚੱਲਦੇ ਆ, ਉਹਨਾਂ ਦੇ ਰਿਸ਼ਤੇਦਾਰਾਂ 'ਤੇ ਵੀ ਚੱਲਦੇ ਆ। ਉਹਦੇ ਕਰਕੇ ਹੋ ਸਕਦਾ ਕਿ ਮਜਬੂਰੀ ਵਸ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਆ ਉਹ ਹਾਈ ਕਮਾਂਡ ਆ ਉਹਨਾਂ ਦੇ ਇਸ਼ਾਰਿਆਂ 'ਤੇ ਉਹ ਕੰਮ ਕਰ ਰਿਹਾ। ਨਹੀਂ, ਕੈਪਟਨ ਅਮਰਿੰਦਰ ਸਿੰਘ ਦਾ ਭਵਿੱਖ ਮੇਰਾ ਖਿਆਲ ਹੈ ਕਿ ਜਿੰਨਾ ਕੁ ਉਹਨੂੰ ਵਰਤਿਆ ਜਾਣਾ ਚਾਹੀਦਾ ਸੀ ਉਹ ਕਾਂਗਰਸ ਨੇ ਵਰਤ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਖਫਾ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਠੱਗ ਸਮਝਦੇ ਨੇ, ਧੋਖੇਬਾਜ਼ ਸਮਝਦੇ ਨੇ, ਆਪਣਾ ਗੁਨਾਹਗਰ ਸਮਝਦੇ ਨੇ, ਆਪਣਾ ਦੋਸ਼ੀ ਸਮਝਦੇ ਨੇ। ਅਤੇ ਜਿਹੜਾ ਦੋਸ਼ੀਆਂ ਦੀ ਕਤਾਰ 'ਚ ਆ ਜਾਂਦਾ ਆ ਅਤੇ ਫਿਰ ਉਹਦਾ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਆਧਾਰ ਕਿੰਨਾ ਕੁ ਹੋ ਸਕਦਾ ਤੁਸੀਂ ਆਪਣੇ ਅੰਦਾਜ਼ਾ ਲਾ ਸਕਦੇ? ਕੈਪਟਨ ਅਮਰਿੰਦਰ ਸਿੰਘ ਦੀ ਛਵੀ ਨੂੰ ਬਚਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਜੀ? ਨਹੀਂ, ਦੇਖੋ, ਛਵੀ ਛੁਵੀ ਤਾਂ ਨਹੀਂ ਹੁਣ ਕਿਸੇ ਦੀ ਬਚਦੀ। ਜੇ ਕਾਂਗਰਸ ਬਚੂ ਤਾਂ ਕਿਹਦੀ ਛਵੀ ਬਚੂ ਨਾ? ਅਤੇ ਪੰਜਾਬ 'ਚ 2022 ਦੇ ਵਿੱਚ ਕਾਂਗਰਸ ਨਹੀਂ ਬਚਦੀ। ਨਵਜੋਤ ਸਿੰਘ ਸਿੱਧੂ ਦਾ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਦੌਰਾ ਕਰਨਾ, ਉਹਨਾਂ ਦਾ ਕਹਿਣਾ 2022 ਦੀਆਂ ਇਲੈਕਸ਼ਨ ਅਸੀਂ ਕਾਂਗਰਸ ਦੀਆਂ ਬਣਾਵਾਂਗੇ ਅਤੇ ਪਰ ਕਿਸਾਨਾਂ ਨੂੰ ਵਿਰੋਧ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਦਾ। ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਇਹ ਜਿਹੜੀਆਂ ਰਾਜਨੀਤਿਕ ਜਿਹੜਾ ਜਿਸ ਤਰ੍ਹਾਂ ਦਾ ਏਜੰਡਾ ਲੈ ਕੇ ਚੱਲ ਰਹੇ ਨੇ, ਇਹ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਨੇ। ਲੋਕ ਕਹਿੰਦੇ ਆ ਕਿ ਜੇ 2017 ਤੋਂ ਸਰਕਾਰ ਬਣੀ ਹੈ ਅਤੇ ਨਵਜੋਤ ਸਿੰਘ ਸਿੱਧੂ ਵੀ ਉਹਦੇ ਹਿੱਸੇਦਾਰ ਸੀ, ਅਸੀਂ ਕਈ ਦੁੱਖ ਤਕਲੀਫਾਂ 'ਚੋਂ ਲੰਘੇ ਹੈ, ਵੱਖ ਵੱਖ ਮੁਸੀਬਤਾਂ 'ਚੋਂ ਪੰਜਾਬ ਦੇ ਲੋਕ ਲੰਘੇ ਨੇ,
तो उदों नवजोत सिंह सिद्धू कित्थे सी? नवजोत सिंह सिद्धू ने एक सरकार दे विच रह के एक MLA बन के एक मंत्री बन के एक वड्डे आगू होने के नाते पंजाब दे अंदर रोल की अदा किया है। लोग सवाल करते हैं तो सवालों का जवाब कोई नहीं है। हुण तुसीं निकल के आण के 2022 दीआं विधानसभा चोणां नूं लैके एक भाषणबाजी करके चार गल्लां करके तुसीं कहो के भौं के पंजाब दे लोकां नूं ठग लोगे। हुण जिहड़ा आ उह गांधी परिवार दीआं जिहड़ियां रचियां होईआं साजिशां ने ते कांग्रेस दे भरम जाल दे विच पंजाब दे लोक घट्टो घट 2022 दे विच तां नहीं आउंदे। आवाज़ कॉम टीवी दे अमृतसर तों हिमांशु शर्मा दी रिपोर्ट।